ਹੁਣ ਮੈਂ ਅਗਲਾ ਕੰਮ ਕੀ ਕਰਨਾ ਹੈ, ਇਹ ਮੈਨੂੰ ਸਮਝ ਲੱਗ ਗਈ। ਠੀਕ ਹੈ, ਹੁਣ ਮੈਂ ਵੇਖਣਾ ਇਹ ਆ ਕਿ ਇਸ ਦੇ ਥਰੂ ਮੈਨੂੰ 30 ਦਿਨਾਂ ਦਾ ਪਲਾਨ ਚਾਹੀਦਾ, ਜਿਹਨੂੰ ਅਸੀਂ ਕਹਿੰਦੇ ਕੰਟੈਂਟ ਕੈਲੰਡਰ। ਠੀਕ ਆ, ਅਤੇ ਮੈਂ ਇਹਦੇ ਕੋਲ ਪੁੱਛਣਾ ਹੈ ਕਿ ਬਾਈ ਮੈਨੂੰ ਦੱਸ, ਕਿ ਮੇਰਾ ਕਾਰਪੈਂਟਰ ਦਾ ਬਿਜ਼ਨਸ ਹੈ, ਕਿ ਮੈਨੂੰ ਦੱਸ ਮੈਂ 30 ਦਿਨਾਂ 'ਚ ਪੋਸਟ ਕਿਹੜੀ ਕਿਹੜੀ ਕਰਾਂ, ਕਿੱਦਾਂ ਕਿੱਦਾਂ ਕਰਾਂ। ਠੀਕ ਆ, ਯਾਨੀ ਕਿ ਹੁਣ ਫੇਸਬੁੱਕ ਪੇਜ ਆ, ਸਿਰਫ ਉਹ ਤੁਸੀਂ ਕੰਮ ਨਹੀਂ ਲਾਈ ਜਾਣਾ, ਤੁਸੀਂ ਕੰਮ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਜਿਹੜਾ ਤੁਸੀਂ ਅਲਮਾਰੀ ਬਣਾਉਂਦੇ ਹੋ, ਕੋਈ ਸੇਫ ਬਣਾਉਂਦੇ ਹੋ, ਕੁਛ ਟੇਬਲ ਬਣਾਉਂਦੇ ਹੋ, ਚੇਅਰ ਬਣਾਉਂਦੇ ਹੋ, ਕੁਰਸੀ ਬਣਾਉਂਦੇ ਹੋ, ਤੇ ਤੁਸੀਂ ਉਹਨੂੰ ਸਿਰਫ ਉਹਨੂੰ ਨਹੀਂ ਲਾਈ ਜਾਣਾ, ਤੁਸੀਂ ਹੋਰ ਵੀ ਐਸੀ ਚੀਜ਼ਾਂ ਕਰਨੀਆਂ ਜਿੰਨਾਂ ਲੋਕ ਜਿਹੜੇ ਨਾ ਉਹ ਮੁਤਾਸਰ ਹੋਣ ਤੁਹਾਡੇ ਤੋਂ। ਅਤੇ ਮੈਂ ਆ ਵੇਖਣਾ ਪੁੱਛਦਾ, ਤੁਸੀਂ ਇਹਨੂੰ ਇੱਜ਼ਤ ਦੇਣੀ ਹੈ, ਪਲੀਜ਼ ਪਲੀਜ਼ ਹੈਲਪ ਮੀ ਟੂ ਮੇਕ ਕੰਟੈਂਟ ਕੈਲੰਡਰ ਫੋਰ ਮਾਈ ਕਾਰਪੈਂਟਰ ਬਿਜ਼ਨਸ, ਸਰਵਿਸ ਬਿਜ਼ਨਸ ਟੂ ਅਟਰੈਕਟ ਮਾਈ ਕਸਟਮਰਸ। ਸਪੈਲਿੰਗ ਠੀਕ ਕਰ, ਅੱਗੇ ਲਿਖ ਦੇਣਾ 30 ਦਿਨਾਂ 30 ਡੇਜ਼, ਮੈਨੂੰ ਇੱਕ ਦੋ ਪੜ੍ਹ ਲੈਣਾ ਤੁਸੀਂ ਐਂਟਰ ਮਾਰਨ ਤੋਂ ਪਹਿਲੇ। ਪਲੀਜ਼ ਹੈਲਪ ਮੀ ਟੂ ਮੇਕ ਅ ਕੰਟੈਂਟ ਕੈਲੰਡਰ, ਕੈਲੰਡਰ ਕੇ ਸਪੈਲਿੰਗ ਨਹੀਂ ਠੀਕ, CAEN ਕੈਲੰਡਰ ਇਹੀ ਹੁੰਦਾ, ਫੋਰ ਮਾਈ ਕਾਰਪੈਂਟਰ ਬਿਜ਼ਨਸ, ਸਰਵਿਸ ਬਿਜ਼ਨਸ ਟੂ ਅਟਰੈਕਟ ਮਾਈ ਕਸਟਮਰ ਫੋਰ ਸੋਸ਼ਲ ਮੀਡੀਆ ਚੈਨਲਸ। ਠੀਕ ਹੈ, ਤੁਸੀਂ ਇਹਨੂੰ ਲਗਾਉਣਾ, ਸੋਸ਼ਲ ਮੀਡੀਆ ਚੈਨਲ ਦਾ ਮਤਲਬ ਸਿਰਫ ਫੇਸਬੁੱਕ ਨਹੀਂ, ਬਾਕੀ ਵੀ ਜਿੰਨੇ ਵੀ ਪਲੇਟਫਾਰਮ ਨੇ। ਇਹ ਵੇਖਣਾ ਹੁਣ ਜ਼ਰਾ, ਮੈਂ ਇੱਥੇ ਡਬਲ ਕੋਮੇ ਲਾ ਦਿੰਦਾ, ਇੱਥੋਂ ਹਟਾ ਦਿੰਦਾ। ਇਹ ਲਓ ਜੀ, ਇਹ ਦੇਖੋ ਹੁਣ ਦੱਸੇਗਾ 30 ਦਿਨਾਂ ਦਾ ਪੂਰਾ ਪਲਾਨ ਮੈਨੂੰ ਬਣਾ ਕੇ ਦੇਗਾ, ਦੇਖਣਾ ਕਿ 30 ਦਿਨਾਂ 'ਚ ਤੁਸੀਂ ਕੰਮ ਕੀ ਕਰਨਾ। ਐਡਾ ਇਹ ਵਧੀਆ ਟੂਲ ਹੈ, ਥੋੜ੍ਹਾ ਜਿਹਾ ਟਾਈਮ ਲੱਗੇਗਾ, ਕਿਉਂਕਿ ਉਹ ਪਿੱਛੇ ਉਹਨੂੰ ਸੋਚਣ ਲੱਗੇ ਵੀ ਟਾਈਮ ਤਾਂ ਲੱਗਣਾ ਹੈ ਨਾ, ਕਿਉਂਕਿ ਇਹ ਫ੍ਰੀ ਦਾ ਵਰਜ਼ਨ ਹੈ ਅਤੇ ਫ੍ਰੀ ਦੇ ਵਿੱਚ ਮੌਜਾਂ ਜਿੰਨੀਆਂ। ਅੱਛਾ, ਮਕਸਦ ਇਹ ਹੈ ਕਿ ਇਹ ਤੁਸੀਂ ਸਿੱਖਣਾ ਹੈ ਕੰਮ। ਠੀਕ ਹੈ, ਇਹਨੂੰ ਇਹ ਚੀਜ਼ ਉਹ ਹੈ ਜਿਹੜੀ ਹਜੇ ਦੁਨੀਆ 'ਤੇ ਨਵੀਂ ਨਵੀਂ ਆ, ਪਾਕਿਸਤਾਨ 'ਚ ਤਾਂ ਬਿਲਕੁਲ ਨਵੀਂ ਹੈ। ਠੀਕ ਆ, ਕਿਉਂਕਿ ਔਰ ਤਾਂ ਸਾਡੇ ਪੰਜਾਬੀਆਂ ਵਾਸਤੇ ਤਾਂ ਉਹ ਤਾਂ ਉੱਕਾ ਹੀ ਨਵੀਂ ਹੈ ਨਾ, ਅਤੇ ਤੁਸੀਂ ਪਿੱਛੇ ਨਹੀਂ ਰਹਿਣਾ ਇਹਦੇ ਤੋਂ। ਠੀਕ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਾਈ ਔਨਲਾਈਨ ਕੰਮ ਕਿਵੇਂ ਹੁੰਦਾ, ਆਹ ਤੁਹਾਡਾ ਭਰਾ ਹੈਗਾ ਨਾ, ਠੀਕ ਆ, ਤੁਹਾਨੂੰ ਸਿਖਾਏਗਾ ਨਾ, ਠੀਕ ਆ, ਤੁਹਾਨੂੰ ਸਿਖਾ ਕੇ ਛੱਡੇਗਾ। ਠੀਕ ਆ, ਇਹ ਥੋੜ੍ਹਾ ਜਿਹਾ ਟਾਈਮ ਲੱਗੇਗਾ। ਠੀਕ ਹੈ, ਅਤੇ ਤੁਸੀਂ ਇਹਨੂੰ ਇਹ ਤੁਹਾਨੂੰ 30 ਦਿਨਾਂ ਦਾ ਪੂਰਾ ਹਿਸਾਬ ਕਿਤਾਬ ਲਾ ਕੇ ਦੱਸੇਗਾ ਕਿ ਕੰਟੈਂਟ 30 ਦਿਨਾਂ ਦਾ ਕਿੱਦਾਂ ਬਣਾਉਣਾ ਅਤੇ ਕਾਰਪੈਂਟਰ ਬਿਜ਼ਨਸ ਵਾਸਤੇ ਕਿਸ ਤਰ੍ਹਾਂ ਦਾ ਬਣਦਾ ਹੈ। ਠੀਕ ਆ, ਥੋੜ੍ਹਾ ਜਿਹਾ ਉਹਨੂੰ ਟਾਈਮ ਲੱਗੇਗਾ, ਕਿਉਂਕਿ ਲੋਡ ਬਹੁਤ ਜ਼ਿਆਦਾ ਹੈ ਅਗੇਨ, ਲੇਕਿਨ ਇਹ ਕੰਮ ਕਰਦਾ ਹੈਗਾ। ਠੀਕ ਹੈ, ਅਤੇ ਤੁਸੀਂ ਜਿੰਨੇ ਵੀ ਪਿਛਲੇ ਸਟੈਪ ਨੇ ਨਾ, ਮੈਂ ਉਹਨਾਂ ਨੂੰ ਵਾਰ ਵਾਰ ਰਿਪੀਟ ਇਸ ਤੋਂ ਕਰਦਾ ਕਿ ਤੁਹਾਨੂੰ ਸਮਝ ਆ ਜਾਵੇ। ਸਭ ਤੋਂ ਪਹਿਲੇ ਅਸੀਂ ਨਾਮ ਨੂੰ ਫਾਈਨਲ ਕੀਤਾ ਸੀਗਾ ਕਿ ਬਈ, ਸਭ ਤੋਂ ਪਹਿਲੇ ਤਾਂ ਅਸੀਂ ਕੈਟਾਗਰੀ ਫਾਈਨਲ ਕੀਤੀ ਸੀ ਕਿ ਅਸੀਂ ਸਰਵਿਸ ਬੇਸਡ ਬਿਜ਼ਨਸ 'ਤੇ ਜਾਣਾ। ਦੋ ਹੀ ਤਰ੍ਹਾਂ ਦੇ ਬਿਜ਼ਨਸ ਹੁੰਦੇ ਨੇ, ਪ੍ਰੋਡਕਟ ਬਿਜ਼ਨਸ, ਸਰਵਿਸ ਬਿਜ਼ਨਸ। ਪ੍ਰੋਡਕਟ ਹੁੰਦੀ ਕੋਈ ਫਿਜ਼ੀਕਲੀ ਸ਼ੈ, ਸਰਵਿਸ ਹੁੰਦੀ ਕਿ ਮੇਰੇ ਕੋਲ ਕੋਈ ਹੁਨਰ ਆ, ਜਿੱਦਾਂ ਮੈਂ ਲੱਕੜ ਦਾ ਇੱਕ ਹੁਨਰ ਲੈ ਕੇ ਚੱਲਾਂ। ਤੁਸੀਂ ਕੁਛ ਵੀ ਧੋਬੀ ਹੋ, ਤੁਸੀਂ ਮਕੈਨਿਕ ਹੋ, ਤੁਸੀਂ ਮੋਟਰਾਂ ਦਾ ਕੰਮ ਕਰਦੇ ਹੋ, ਇਲੈਕਟ੍ਰੀਸ਼ੀਅਨ ਹੋ, ਕੁਛ ਵੀ ਹੋ, ਤੁਸੀਂ ਉਹਦਾ ਕੰਮ ਕਰ ਸਕਦੇ ਹੋ। ਠੀਕ ਹੈ, ਐ ਲੈ ਉਹ ਦੱਸਣ ਡਿਆ ਹੈ। ਠੀਕ ਹੈ ਜੀ, ਕਹਿੰਦਾ ਪਹਿਲੇ ਹਫ਼ਤੇ ਤੁਸੀਂ 7 ਦਿਨ ਇਹ ਕਰਨਾ ਕੰਮ, ਅਗਲੇ ਹਫ਼ਤੇ ਕਹਿੰਦਾ ਤੁਸੀਂ ਇਹ ਕਰਨਾ ਹੈ ਕੰਮ, ਕਹਿੰਦਾ ਪਹਿਲੇ ਹਫ਼ਤੇ ਤੁਸੀਂ ਆਪਣੇ ਇੰਟਰੋਡਕਸ਼ਨ ਕਰਨਾ ਹੈ, ਦੱਸਣਾ ਆਪਣੇ ਬਿਜ਼ਨਸ ਦੇ ਬਾਰੇ, ਅਤੇ ਤੁਹਾਨੂੰ ਮੈਂ ਸਮਝਾ ਵੀ ਦਿੰਦਾ ਐਡਾ ਕਾਹਦਾ ਰੋਲਾ ਹੈ। ਅਤੇ ਇਹ ਦੇਖੋ, ਇਹ ਤੁਹਾਨੂੰ ਟੂਲ ਆਪ ਹੀ ਦੱਸਣ ਡਿਆ ਕਿ ਕੀ ਕਰਨਾ ਹੈ ਭਾਈ ਜਾਨ। ਠੀਕ ਹੈ, 1 ਮਹੀਨੇ 'ਚ 4 ਹਫ਼ਤੇ ਹੁੰਦੇ ਨੇ, ਉਹਨਾਂ ਨੇ 30 ਦਿਨਾਂ 'ਤੇ ਰੁਕੇਗਾ, ਕਿਉਂਕਿ ਮੈਂ ਇਹਨੂੰ ਦੱਸਿਆ ਕਿ 30 ਦਿਨ ਦਾ ਬਣਾਉਣਾ ਹੈ। ਠੀਕ ਹੈ, ਇਹ ਸਾਰਿਆਂ ਨੂੰ ਤੁਸੀਂ ਕਾਪੀ ਕਰਕੇ ਆਪਣਾ ਉਸ ਸ਼ੀਟ ਦੇ ਵਿੱਚ ਲਿਖ ਦਿਓ ਕਿ ਬਈ 30 ਦਿਨਾਂ 'ਚ ਮੈਂ ਆਹ ਕੰਮ ਕਰਨਾ। ਹੁਣ ਦੇਖੋ, ਇਹ ਤੁਸੀਂ ਉਹ ਕੰਮ ਹੈ ਜਿਹੜਾ ਤੁਹਾਨੂੰ ਤੁਹਾਨੂੰ ਕਲੀਅਰ ਹੋ ਗਿਆ ਕਿ ਮੈਂ ਕਰਨਾ ਕੀ ਹੈ, 30 ਦਿਨਾਂ 'ਚ ਮੈਂ ਕਰਨਾ ਕੀ ਹੈ। ਠੀਕ ਹੈ ਜੀ, ਇਹ 30 ਦਿਨਾਂ ਦਾ ਉਹਨੇ ਪੂਰਾ ਤੁਹਾਡਾ ਕੰਟੈਂਟ ਕੈਲੰਡਰ ਉਹਨੇ ਤੁਹਾਨੂੰ ਦੱਸ ਦਿੱਤਾ ਕਿ ਪੂਰੇ 30 ਦਿਨਾਂ 'ਚ ਤੁਸੀਂ ਸਾਰੇ ਸੋਸ਼ਲ ਮੀਡੀਆ ਉੱਤੇ ਕਰਨਾ ਕੀ ਹੈ। ਠੀਕ ਹੈ, ਤੁਸੀਂ ਕੀ ਕਰ ਸਕਦੇ ਹੋ, ਇਹਨੂੰ ਸਾਰਿਆਂ ਨੂੰ ਕਰੋ ਇੱਥੋਂ ਕਾਪੀ, ਇਹਨੂੰ ਕਾਪੀ ਕਰਕੇ ਆਪਣੀ ਇੱਕ ਸ਼ੀਟ ਦੇ ਉੱਤੇ ਲਿਖ ਲਓ, ਯਾਨੀ ਕਿ ਜਿਹੜੀ ਮੈਂ ਫਾਈਲ ਬਣਾਈ ਹੈ ਨਾ, ਇਸ ਤੋਂ ਹੀ ਬਣਾਈ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਮੈਂ ਕਰਨਾ ਕੀ ਹੈ। ਠੀਕ ਹੈ,
ਇੱਥੇ ਮਾਰੋ ਥੋੜ੍ਹਾ ਜਿਹਾ ਐਂਟਰ, ਇਹਨੂੰ ਇੱਥੇ ਕਰ ਦਿਓ ਪੇਸਟ। ਠੀਕ ਹੈ ਜੀ, ਇਹ ਸਾਰਾ ਪੇਸਟ ਹੋ ਗਿਆ, ਬਸ ਇਹ ਕਾਲਾ ਕਾਲਾ ਹੋਇਆ ਜੇ, ਤੁਸੀਂ ਇਹਨੂੰ ਇੱਥੇ ਟੈਨਸ਼ਨ ਨਹੀਂ ਲੈਣੀ ਹੈ ਕਾਲਾ ਕਾਲਾ ਕਿਉਂ ਹੈ, ਇਹਨੂੰ ਮੈਂ ਸੈੱਟ ਕਰ ਲੈਂਦਾ। ਤੁਸੀਂ ਇਹਨੂੰ ਸਾਰੇ ਨੂੰ ਕਰਨਾ ਸਿਲੈਕਟ, ਠੀਕ ਹੈ, ਇਹਨੂੰ ਸੈੱਟ ਕਰ ਲੈਂਦੇ ਹਾਂ ਆਪਾਂ, ਹਰ ਸ਼ੈ ਦਾ ਹੱਲ ਮੌਜੂਦ ਹੈ। ਠੀਕ ਹੈ ਜੀ, ਇੱਥੇ ਫੋਰਮੈਟ, ਕਲੀਅਰ ਫੋਰਮੈਟਿੰਗ, ਠੀਕ ਹੈ, ਇਹ ਦੇਖੋ ਹੁਣ ਠੀਕ ਹੋ ਗਿਆ। ਹੁਣ ਤੁਸੀਂ ਇਹ 30 ਦਿਨਾਂ ਦਾ ਪੂਰਾ ਪਲਾਨ ਹੈ ਕਹਿੰਦੇ, ਸਭ ਤੋਂ ਪਹਿਲੇ ਤੁਸੀਂ ਇੰਟਰੋਡਕਸ਼ਨ ਪੋਸਟ ਦੇਣੀ, ਠੀਕ ਹੈ, ਮੈਂ ਥੋੜ੍ਹਾ ਜਿਹਾ ਹੁਣ ਇਹਨੂੰ ਲੈਬੋਰੇਟ ਕਰ ਦਿੰਦਾ, ਪਹਿਲੇ ਹਫ਼ਤੇ ਨੂੰ ਥੋੜ੍ਹਾ ਜਿਹਾ ਨਾ ਮੈਂ ਤਫਸੀਲਨ ਤੁਹਾਨੂੰ ਦੱਸ ਦਿੰਦਾ ਤੁਸੀਂ ਕਰਨਾ ਕੀ ਹੈ। ਠੀਕ ਹੈ, ਅਤੇ ਇਹਦੇ ਉੱਤੇ ਅਸੀਂ ਪਹਿਲੇ 1 ਹਫ਼ਤੇ ਦੇ ਉੱਤੇ ਤੁਹਾਨੂੰ ਮੈਂ ਪ੍ਰੈਕਟੀਕਲੀ ਕੰਮ ਵੀ ਕਰਕੇ ਦਿਖਾ ਦੇਵਾਂਗਾ, ਤੁਹਾਨੂੰ ਸਮਝ ਲੱਗ ਜਾਏਗੀ। ਠੀਕ ਹੈ, ਕਿਉਂਕਿ ਤੁਹਾਨੂੰ ਮੈਂ ਚਲਾਉਣਾ ਵਾਂ, ਤੁਸੀਂ ਇਹ ਸਮਝੋ ਕਿ ਅਸੀਂ ਇਹਨੂੰ ਕਰਨਾ ਹੀ ਕਰਨਾ ਹੈ, ਸੈਕਿੰਡ ਸਾਡੇ ਕੋਲ ਚੁਆਇਸ ਹੀ ਕੋਈ ਨਹੀਂ, ਤੁਹਾਡੇ ਕੋਲ ਦੂਆ ਜਿਹੜਾ ਮੌਕਾ ਹੀ ਕੋਈ ਨਹੀਂ। ਸ਼ੇਅਰ ਯੋਰ ਇੰਟਰੋਡਕਸ਼ਨ, ਇੰਟਰੋਡਕਸ਼ਨ ਮਤਲਬ ਤੁਸੀਂ ਤਾਰਫ ਕਰਾਉਣਾ ਪੇਜ ਦੇ ਉੱਤੇ ਕਿ ਸਾਡਾ ਕਾਰਪੈਂਟਰ ਦਾ ਪੇਜ ਹੈ, ਠੀਕ ਹੈ, ਔਰ ਮੈਂ ਕਿ ਕਿਹੜੀ ਕਿਹੜੀ ਸਰਵਿਸ ਦਿੰਦਾ, ਮੈਂ ਮੈਂ ਬੂਹੇ ਬਣਾ ਲੈਂਦਾ, ਮੈਂ ਅਲਮਾਰੀਆਂ ਬਣਾ ਲੈਂਦਾ, ਮੈਂ ਕੁਰਸੀਆਂ ਬਣਾ ਲੈਂਦਾ, ਮੈਂ ਡਰੈਸਿੰਗ ਟੇਬਲ ਬਣਾ ਲੈਂਦਾ, ਮੈਂ ਫਰਨੀਚਰ ਦਾ ਪੂਰਾ ਸਮਾਨ ਬਣਾ ਲੈਂਦਾ, ਤੁਸੀਂ ਸਾਰਾ ਕੁਝ ਦੱਸਣਾ। ਮੈਂ ਕਿਚਨ ਦਾ ਪੂਰਾ ਸਮਾਨ ਬਣਾ ਲੈਂਦਾ, ਮੈਂ ਲੱਕੜ ਦੇ ਫਰਸ਼ ਲਾ ਲੈਂਦਾ, ਮੈਂ ਲੱਕੜ ਦੀਆਂ ਛੱਤਾਂ ਲਾ ਦਿੰਦਾ, ਮੈਂ ਕਹਿੰਦਾ ਤੁਸੀਂ ਜਿੰਨੀਆਂ ਸਰਵਿਸ ਜਿੰਨੇ ਵੀ ਤੁਸੀਂ ਕੰਮ ਕਰ ਲੈਂਦੇ ਨਾ, ਉਹ ਸਾਰਾ ਤੁਸੀਂ ਦੱਸ ਦੇਣਾ ਪਹਿਲੀ ਪੋਸਟ ਦੇ ਵਿੱਚ ਆਪਣਾ ਇੰਟਰੋਡਕਸ਼ਨ 'ਚ। ਠੀਕ ਹੈ, ਕਹਿੰਦਾ ਸ਼ੇਅਰ ਬਿਫੋਰ ਐਂਡ ਆਫਟਰ ਫੋਟੋ ਆਫ ਰੀਸੈਂਟ ਰੈਵੋਲਿਊਸ਼ਨ ਪ੍ਰੋਜੈਕਟ। ਤੁਸੀਂ ਕਹਿੰਦਾ ਹੈ ਕਿ ਤੁਸੀਂ ਪਹਿਲੇ ਜਿਹੜਾ ਕੰਮ ਕੀਤਾ ਹੈ ਉਹ ਤੁਹਾਡੇ ਕੰਮ ਕਰਨ ਤੋਂ ਪਹਿਲੇ ਅਤੇ ਕੰਮ ਕਰਨ ਤੋਂ ਬਾਅਦ, ਤੁਸੀਂ ਦੋਵੇਂ ਤਸਵੀਰਾਂ ਲਾਣੀਆਂ, ਪਹਿਲੇ ਅਤੇ ਬਾਅਦ ਦੀਆਂ। ਠੀਕ ਹੈ, ਅਸੀਂ ਅਜੇ ਐਡ ਨਹੀਂ ਲਾ ਰਹੇ, ਮੈਂ ਤੁਹਾਨੂੰ ਸਿਰਫ ਕੰਟੈਂਟ ਦੱਸ ਰਿਹਾ ਕਿ ਪਹਿਲੇ ਅਤੇ ਬਾਅਦ ਦੀਆਂ ਤਸਵੀਰਾਂ ਤੁਸੀਂ ਲਾਣੀਆਂ, ਕਿ ਪਹਿਲੇ ਤੁਸੀਂ ਜਦੋਂ ਕਮਰਾ ਖਾਲੀ ਸੀਗਾ, ਕਿਚਨ ਬਿਲਕੁਲ ਖਾਲੀ ਸੀਗਾ, ਦੀਵਾਰਾਂ ਹੀ ਖੜੀਆਂ ਸੀ, ਪਲਸਤਰ ਹੀ ਹੋਇਆ ਸੀ, ਉਹ ਕਿੱਦਾਂ ਦਾ ਲੱਗਦਾ ਸੀ, ਅਤੇ ਤੁਹਾਡੇ ਕੰਮ ਕਰਨ ਤੋਂ ਬਾਅਦ ਉਹ ਕਿੱਦਾਂ ਦਾ ਲੱਗਦਾ। ਕਿਉਂਕਿ ਤੁਹਾਨੂੰ ਮੈਂ ਅਗੇਨ ਦੱਸਿਆ ਸੀ ਕਿ ਲੋਕ ਜਿਹੜੇ ਨਾ ਬੈਨੀਫਿਟ ਲੈਂਦੇ ਨੇ, ਫਾਇਦੇ ਲੈਂਦੇ ਨੇ, ਚੀਜ਼ਾਂ ਨਹੀਂ ਬਣਾਉਂਦੇ ਉਹ, ਇਹ ਗੱਲ ਯਾਦ ਰੱਖਣਾ ਮੇਰੀ। ਕਹਿੰਦਾ ਸ਼ੇਅਰ ਦਾ ਟਿਪਸ ਐਂਡ ਟ੍ਰਿਕਸ ਆਫ ਮੇਨਟੇਨਿੰਗ ਐਂਡ ਰਿਪੇਅਰਿੰਗ ਵੁੱਡ ਫਰਨੀਚਰ। ਕਹਿੰਦਾ ਤੁਸੀਂ ਟਿਪਸ ਐਂਡ ਟ੍ਰਿਕਸ ਦਿਓ, ਟਿਪਸ ਐਂਡ ਟ੍ਰਿਕਸ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਲੋਕਾਂ ਨੂੰ ਦੱਸੋ ਕਿ ਫਰਨੀਚਰ ਨੂੰ ਰੱਖੀਦਾ ਕਿੱਦਾਂ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਫਰਨੀਚਰ ਨੂੰ ਐਗਜੈਕਟਲੀ ਰੱਖੀਦਾ ਕਿੱਦਾਂ, ਯਾਨੀ ਕਿ ਸਾਫ਼ ਕਿਵੇਂ ਕਰੀਦਾ ਹੈ, ਉਹਦੀ ਪਾਲਿਸ਼ ਪੂਲਿਸ਼ ਦਾ ਖਿਆਲ ਕਿਵੇਂ ਰੱਖੀਦਾ ਹੈ, ਠੀਕ ਹੈ, ਉਹਦਾ ਉਹਦੀ ਉਹਦੀ ਮਤਲਬ ਖਿਆਲ ਕਿੱਦਾਂ ਕਰੀਦਾ ਟੋਟਲ। ਅਤੇ ਉਹਦੇ ਵਾਸਤੇ ਤੁਸੀਂ ਲੋਕਾਂ ਦੀ ਇੱਕ ਵੀਡੀਓ ਬਣਾਓ, ਅਤੇ ਪੰਜਾਬੀ 'ਚ ਬਣਾਓ, ਉਰਦੂ 'ਚ ਬਣਾਓ, ਅੰਗਰੇਜ਼ੀ 'ਚ ਬਣਾਓ, ਮਸਲਾ ਹੀ ਕੋਈ ਨਹੀਂ, ਲੇਕਿਨ ਲੋਕਾਂ ਨੂੰ ਦੱਸੋ। ਇੱਦਾਂ ਹੁੰਦਾ ਕਿ ਇੱਕ ਲੋਕਾਂ ਦੇ ਨਾਲ ਤੁਹਾਡਾ ਰਿਲੇਸ਼ਨ ਬਿਲਡ ਹੁੰਦਾ, ਯਾਨੀ ਕਿ ਤਾਲੁਕ ਬਣਦਾ, ਉਹਨਾਂ ਨੂੰ ਪਤਾ ਲੱਗਦਾ ਕਿ ਯਾਰ ਇਹ ਬੰਦਾ ਕੌਣ ਹੈ, ਇਹ ਕੌਣ ਹੈ ਜਿਹੜਾ ਤੁਹਾਨੂੰ ਸਾਨੂੰ ਸਮਝਾਉਣ ਡਿਆ। ਇਹ ਗੱਲ ਤੁਹਾਨੂੰ ਕਦੀ ਕਿਸੇ ਨੇ ਸਮਝਾਈ ਨਹੀਂ, ਠੀਕ ਹੈ, ਬਹੁਤ ਘੱਟ ਲੋਕ ਨੇ ਹੋਣਗੇ, ਲੇਕਿਨ ਘੱਟ ਨੇ, ਲੇਕਿਨ ਤੁਸੀਂ ਉਹਨਾਂ ਤੋਂ 10 ਹੱਥ ਅੱਗੇ ਚਲ ਜਾਓਗੇ, ਤੁਹਾਨੂੰ ਪਤਾ ਹੈ ਕਿ ਮੈਂ ਕੀ ਕਰਨਾ। ਅਗਲਾ ਚੌਥੇ ਦਿਨ ਤੁਸੀਂ ਕੀ ਕਰਨਾ, ਕਹਿੰਦਾ ਸ਼ੇਅਰ ਆ ਫੋਟੋ ਔਰ ਵੀਡੀਓ ਆਫ ਕਸਟਮਰ ਕਸਟਮ ਫਰਨੀਚਰ ਪੀਸ ਯੂ ਬਿਲਡ। ਕਹਿੰਦਾ ਜੀ ਤੁਸੀਂ ਉਹ ਜਿਹੜੀ ਸ਼ੈ ਬਣਾਈ ਉਹਦੀ ਫੀਚਰ ਪਿਕਚਰ ਅਤੇ ਵੀਡੀਓ ਲਾਓ ਜਿਹੜੀ ਤੁਸੀਂ ਕਸਟਮ ਬਿਲਡ ਕੀਤੀ ਹੈ। ਕਸਟਮ ਮਤਲਬ ਕਿ ਹੁੰਦੀ ਨਾ ਕਿ ਦੀਵਾਰ ਦੀ ਕੋਈ ਜਿਹੜੀ ਬਣਾਵਟ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਤੁਸੀਂ ਸਿੱਧਾ ਸਿੱਧਾ ਉੱਥੇ ਕੰਮ ਕਰ ਹੀ ਨਹੀਂ ਸਕਦੇ। ਤੁਸੀਂ ਕੀ ਕਰੋ ਕਿ ਉਹਨੂੰ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਨੂੰ ਐਡਜਸਟ ਕਰਦੇ ਹੋਏ ਬਣਾਇਆ, ਤੁਸੀਂ ਉਹ ਲਿਖਣਾ, ਯਾਨੀ ਕਿ ਉਹਦੀ ਪਿਕਚਰ ਅਤੇ ਵੀਡੀਓ ਬਣਾਉਣੀ ਕਿ ਯਾਰ ਤੁਸੀਂ ਆਪਣੀ ਫਨਕਾਰੀ ਦਿਖਾਈ ਜਿਹੜੀ, ਮਤਲਬ ਇਹਦਾ ਇਹ ਆ ਕਿ ਤੁਸੀਂ ਜਿਹੜੀ ਫਨਕਾਰੀ ਵਿਖਾਈ ਹੈ ਨਾ ਉਹ ਤੁਸੀਂ ਉੱਥੇ ਲਿਖੋ। ਅਤੇ 5ਵੇਂ ਦਿਨ ਤੁਸੀਂ ਕਰਨਾ ਟੈਸਟੀਮੋਨੀਅਲ। ਟੈਸਟੀਮੋਨੀਅਲ ਮਤਲਬ ਹੁੰਦਾ ਕਿ ਤੁਸੀਂ 4-5 ਗਾਹਕਾਂ ਦਾ ਕੰਮ ਕੀਤਾ ਅਤੇ ਉਹਨਾਂ ਦਾ ਤੁਸੀਂ ਕੀ ਕਰਨਾ, ਉਹਨਾਂ ਦਾ ਤੁਸੀਂ ਕੀ ਕਰਨਾ, ਉਹਨਾਂ ਦੇ ਉਹਨਾਂ ਕੋਲ ਉਹਨੂੰ ਕਹਿਣਾ ਭਾਈ ਜੀ ਤੁਹਾਡੀ ਮਿਹਰਬਾਨੀ, ਤੁਸੀਂ ਕੰਮ ਤਾਂ ਮੇਰੇ ਕੋਲ ਕਰਾ ਲਿਆ, ਮਿਹਰਬਾਨੀ ਕਾਹਦੀ, 500 ਛੱਡ ਦਿਓ ਉਹਨੂੰ ਕਿ ਭਾਈ ਸਾਨੂੰ ਇੱਕ ਵੀਡੀਓ ਬਣਾ ਦੇ ਕਿ ਤੁਸੀਂ ਜਿਸ ਤੁਸੀਂ ਇਹ ਦੱਸੋ ਕਿ ਮੈਂ ਤੁਹਾਡਾ ਜਿਹੜਾ ਕੰਮ ਕੀਤਾ ਉਹ ਕਿੱਦਾਂ ਦਾ ਕੀਤਾ, ਤੁਸੀਂ ਮੇਰੇ ਬਿਹੇਵੀਅਰ ਬਾਰੇ, ਮੇਰੇ ਰਵੱਈਏ ਬਾਰੇ, ਮੇਰੇ ਕੰਮ ਬਾਰੇ,
ਮੇਰੇ ਕੰਮ ਬਾਰੇ ਲੋਕਾਂ ਨੂੰ ਦੱਸੋ ਅਤੇ ਲੋਕ ਦੂਜੇ ਲੋਕਾਂ ਨੂੰ ਵੀ ਰਿਕਮੈਂਡ ਕਰੋ ਕਿ ਮੇਰਾ ਮੇਰਾ ਉਹ ਕੰਮ ਕਰਾਉਣ, ਰਿਕਮੈਂਡ ਭਾਵੇਂ ਨਾ ਵੀ ਕਰਾਓ ਕੋਈ ਮਸਲਾ ਨਹੀਂ, ਲੇਕਿਨ ਤੁਸੀਂ ਟੈਸਟੀਮੋਨੀਅਲ ਲਾਜ਼ਮੀ ਲੈਣੇ ਵੀਡੀਓ ਦੇ ਵਿੱਚ, ਲੋਕਾਂ ਕੋਲ ਵੀਡੀਓ ਬਣਵਾਉਣੀਆਂ ਨੇ ਜਿਹਦੇ ਵਿੱਚ ਉਹ ਤੁਹਾਨੂੰ ਤੁਹਾਡੇ ਕੰਮ ਬਾਰੇ, ਤੁਹਾਡੇ ਬਿਹੇਵੀਅਰ ਬਾਰੇ, ਤੁਹਾਡੀ ਬਜਟ ਬਾਰੇ, ਤੁਹਾਡੇ ਹੁਨਰ ਬਾਰੇ ਗੱਲ ਕਰਨ, ਇੱਕ ਮਿੰਟ ਦੇ ਅੰਦਰ ਬਹੁਤ ਆ, ਅਤੇ ਤੁਹਾਨੂੰ ਸਮੇਂ ਲੱਗ ਗਈ ਪਹਿਲੇ 5 ਦਿਨਾਂ 'ਚ ਮੈਂ ਇਹ ਕੰਮ ਕਰਨਾ, ਤੁਸੀਂ ਇੰਨਾ ਵੀ ਕਰ ਲਿਆ ਨਾ ਤਾਂ ਤੁਹਾਡੇ ਵਾਸਤੇ ਬਹੁਤ ਹੋਣਾ, ਠੀਕ ਹੈ। ਅਤੇ ਇਹੀ ਪ੍ਰੋਸੈਸ ਦੁਨੀਆ ਦਾ ਕੋਈ ਵੀ ਬਿਜ਼ਨਸ ਹੋਵੇ, ਮੇਰੀ ਭੈਣ ਕੋਈ ਵੀ ਕਰਨਾ ਚਾਹੇ, ਮੇਰਾ ਭਰਾ ਕੋਈ ਵੀ ਕਰਨਾ ਚਾਹੇ, ਉਹ ਭਾਈ ਕਰ ਸਕਦਾ, ਮੇਰੀ ਮਾਂ ਕੋਈ ਵੀ ਕਰਨਾ ਚਾਹੇ, ਉਹਨੂੰ ਇਹ ਉਹਦੇ ਵਾਸਤੇ ਬਿਜ਼ਨਸ ਆ, ਠੀਕ ਆ, ਅਤੇ ਉਹਦੇ ਵਾਸਤੇ ਇਹਨੂੰ ਕਰਨਾ ਕੋਈ ਮਸਲਾ ਹੀ ਨਹੀਂ ਹੈ, ਠੀਕ ਆ ਜੀ। ਅਤੇ ਤੁਸੀਂ ਕੀ ਕਰਨਾ, ਇਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ, ਇਹ ਮੈਂ ਕੋਸ਼ਿਸ਼ ਕਰਾਂਗਾ ਸ਼ੀਟ ਤੁਹਾਨੂੰ ਵੀ ਸ਼ੇਅਰ ਕਰ ਦਿਆਂ, ਠੀਕ ਆ, ਮੇਰੇ ਮੈਨੂੰ ਮੈਨੂੰ ਵੀ ਮੈਂ ਤੁਹਾਡੇ ਸਾਹਮਣੇ ਬਣਾਈ, ਮੈਂ ਸ਼ੇਅਰ ਕਰ ਦਿਆਂਗਾ, ਠੀਕ ਆ। ਲੇਕਿਨ ਤੁਸੀਂ ਕੀ ਕਰਨਾ, ਇਹਨੂੰ ਪ੍ਰੈਕਟੀਕਲੀ ਚੀਜ਼ਾਂ ਨੂੰ ਕਰਨਾ, ਇਹਨੂੰ ਜਦੋਂ ਤੱਕ ਤੁਸੀਂ ਕਰੋਗੇ ਨਹੀਂ, ਜਦੋਂ ਤੱਕ ਤੁਸੀਂ ਇਹਦੇ ਉੱਤੇ ਆਓਗੇ ਨਹੀਂ, ਤੁਹਾਨੂੰ ਸਮਝ ਨਹੀਂ ਆਉਣੀ। ਅਤੇ ਲੇਕਿਨ ਹੁਣ ਤੱਕ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਬਿਜ਼ਨਸ ਦੀ ਪਲੈਨਿੰਗ ਕਿੱਦਾਂ ਕਰਨੀ, ਬਿਜ਼ਨਸ ਦੀ ਸੈਟਿੰਗ ਕਿੱਦਾਂ ਕਰਨੀ। ਅੱਜ ਦੇ ਹੁਣ ਤੱਕ ਮੈਂ ਤੁਹਾਨੂੰ ਇਹ ਸਮਝਾ ਦਿੱਤਾ ਕਿ ਤੁਸੀਂ ਪੇਜ ਦੇ ਉੱਤੇ ਕੰਟੈਂਟ ਬਣਾਉਣਾ ਕਿੱਦਾਂ, ਠੀਕ ਹੈ। ਇਸ ਕੰਟੈਂਟ ਦੀ ਸਮਝ ਆ ਗਈ,